ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਸ਼ਰਮਣੀ ਕਾਲੀ ਦਲ ਨੇ ਆਪਣਾ ਉਮੀਦਵਾਰ ਸੰਗਰੂਰ ਲੋਕ ਸਭਾ ਜਿਮਨੀ ਚੋਣ ਦੇ ਵਿੱਚ ਉਤਾਰਿਆ ਹੈ ਬੀਬੀ ਕਮਲਦੀਪ ਕੌਰ ਰਾਜਵਾਨਾ ਜੀ ਹੁਣ ਇਸ ਮੁੱਦੇ ਦਾ ਲਾਹਾ ਸ਼ਰਮਣੀ ਕਾਲੀ ਦਲ ਨੂੰ ਮਿਲੇਗਾ ਜਾਂ ਫਿਰ ਬੰਦੀ ਸਿੰਘਾਂ ਨੂੰ ਵਾਕਈ ਇਸ ਦਾ ਕੋਈ ਫਾਇਦਾ ਹੋਏਗਾ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਲਈ ਮੌਜੂਦ ਨੇ ਸਰਦਾਰ ਅਮਰ ਸਿੰਘ ਚਾਹਲ ਜੀ ਜਿਥੇ ਦਾ ਜਗਤਾਰ ਸਿੰਘ ਖਵਾਰਾ ਉਹਨਾਂ ਦੇ ਵਕੀਲ ਨੇ ਸੁਨੇਹਾ ਸੁਣਿਆ ਕੋਈ ਆਇਆ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਰਬਸਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਜੀ ਠਾਕੁਰ ਸਾਹਿਬ ਸਰ ਜਿਵੇਂ ਸ਼ੁਰੂਆਤ ਕੀਤੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੱਖਿਆ ਹੋਇਆ ਹੈ ਤੇ ਅਕਾਲੀ ਦਲ ਨੇ ਉਮੀਦਵਾਰ ਵੀ ਰਾਜਵਾਨਾ ਸਾਹਿਬ ਦੀ ਭੈਣ ਜੀ ਨੂੰ ਉਤਾਰਿਆ ਹੈ ਬਤਾਰੂ ਉਮੀਦਵਾਰ ਫਾਇਦਾ ਕਿਸ ਨੂੰ ਮਿਲੇਗਾ ਬੰਦੀ ਸਿੰਘਾਂ ਨੂੰ ਵਾਕਈ ਕੋਈ ਫਾਇਦਾ ਮਿਲੇਗਾ ਇਸ ਦਾ ਜਾਂ ਫਿਰ ਸ਼ੁਰਮਣੀ ਕਾਲੀ ਦਲ ਆਪਣਾ ਫਾਇਦਾ ਦੇਖ ਰਿਹਾ ਹੈ ਇਸ ਚੀਜ਼ ਦੇ ਵਿੱਚ ਠਾਕੁਰ ਸਾਹਿਬ ਜੀ ਇਸ ਕੇਸ ਦੀ ਪੁਸ਼ੋਕੜ ਵੱਲ ਜਾਈਏ ਜਦੋਂ ਇਹ ਕੇਸ ਹੋਇਆ ਹੈ ਤੇ ਇਹ 1996 ਚ ਇਹਦਾ ਟ੍ਰਾਇਲ ਸ਼ੁਰੂ ਹੋ ਗਿਆ ਸੀ ਜੇਲ੍ਹ 'ਚ ਇਹਦਾ ਟ੍ਰਾਇਲ ਹੋਇਆ ਬੁੜੈਲ ਜੇਲ੍ਹ ਦੇ ਵਿੱਚ 1996 ਤੋਂ ਲੈ ਕੇ ਮੈਂ ਇਸ ਕੇਸ ਦੇ ਨਾਲ ਜੁੜਿਆ ਰਿਹਾ ਸਾਰਾ ਟ੍ਰਾਇਲ ਜਿਹੜਾ ਹੈ ਉਹ 13 ਸਾਲ ਦੇ ਲਗਭਗ ਜੇਲ੍ਹ 'ਚ ਜਾ ਕੇ ਇਹਦੀ ਪੈਰਵੀ ਕੀਤੀ ਹੈ ਬਾਕੀ ਵੀ ਮੇਰੇ ਨਾਲ ਕੁਝ ਵਕੀਲ ਸਾਹਿਬਾਨ ਸਨ ਇਹ ਸਾਰੇ ਸਮੇਂ 'ਚ ਜਿਹੜਾ ਟ੍ਰਾਇਲ ਹੋਇਆ ਮੈਂ ਉਹਦੀ ਪਹਿਲੇ ਗੱਲ ਕਰਦਾ ਇਹਦੇ 'ਚ ਨਾਟਕ ਦੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਬਾਦਲ ਦਲ ਕਹਿੰਦੇ ਨੇ ਤੇ ਨਾ ਹੀ ਜਿਹੜੀ ਹੈਗੀ ਉਹਨਾਂ ਦੀ ਬਲਵੰਤ ਸਿੰਘ ਦੀ ਭੈਣ ਜਿਹਨੂੰ ਕਹਿੰਦੇ ਨੇ ਵੀ ਉਹਨਾਂ ਨੇ ਖੜਾਇਆ ਇਹਨਾਂ ਨੇ ਕਦੀ ਵੀ ਇਸ ਕੇਸ ਦੀ ਪੈਰਵਲੀ ਪੈਰਵੀਲੀ ਕੁਝ ਵੀ ਨਹੀਂ ਕੀਤਾ 2004 ਤੱਕ ਤੇ ਜਿਹੜੀ ਇਹ ਭੈਣ ਹੈ ਜੀ ਇਹਦੀ ਬਲਵੰਤ ਸਿੰਘ ਦੀ ਉਹਨੇ ਕਦੀ ਕੇਸ ਦੇ ਵਿੱਚ ਉਹਦੀ ਸੋਰੀ ਉਹ ਤੇ ਮਤਲਬ ਇੱਕ ਦਫਾ ਵੀ ਨਹੀਂ ਸੀ ਆਏ 2004 ਤੋਂ ਬਾਅਦ ਕੁਝ ਵਾਰਫਾ ਆਏ ਨੇ ਲੇਕਿਨ ਕੇਸ ਦੀ ਪੈਰਵਾਈ ਚ ਇਹਨਾਂ ਦਾ ਕਿਸੇ ਦਾ ਨਾ ਤੇ ਸ਼੍ਰਮਣੀ ਕਾਲੀ ਦਲ ਦਾ ਨਾ ਐਸਪੀਪੀ ਦਾ ਕੋਈ ਯੋਗਦਾਨ ਨਹੀਂ ਕੋਈ ਦਾਨ ਵੀ ਨਹੀਂ ਹੈਗਾ ਯੋਗ ਤੋਂ ਇੱਕ ਬਨੇ ਰਿਹਾ ਉਸ ਤੋਂ ਬਾਅਦ ਰਹਿ ਗਈ ਕੈਦ ਹੋਣ ਦੀ ਕੈਦ ਹੋਣ ਤੋਂ ਬਾਅਦ ਅਪੀਲਾਂ ਵੀ ਹੋਈਆਂ ਨੇ ਜੀ ਹਾਈ ਕੋਰਟ ਚ ਅਪੀਲ ਹੋਈ ਏ ਸੁਪਰੀਮ ਕੋਰਟ ਚ ਅਪੀਲ ਹੋਈ ਏ ਇਹ ਠੀਕ ਆ ਵੀ ਬਲਵੰਤ ਸਿੰਘ ਨੇ ਆਪਣਾ ਕੇਸ ਪਿੱਛੋਂ ਆਣ ਕੇ ਲੜਨਾ ਬੰਦ ਕਰ ਦਿੱਤਾ ਸੀ ਤੇ ਹਾਈ ਕੋਰਟ ਚ ਵੀ ਉਹਨੇ ਆਪਣੀ ਅਪੀਲ ਨਹੀਂ ਲੜੀ ਸੁਪਰੀਮ ਕੋਰਟ ਚ ਵੀ ਉਹ ਨਹੀਂ ਲੜੀ ਨਹੀਂ ਲੜਨਾ ਚਾਹੁੰਦਾ ਲੇਕਿਨ ਬਾਕੀ ਦੇ ਸਿੰਘ ਤੇ ਜਿਹੜੇ ਲੜ ਰਹੇ ਸੀ ਨਾ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈ ਜੇ ਇਹਨਾਂ ਨੇ ਪਹਿਰ ਵੀ ਵੇਲੇ ਕੁਝ ਨਹੀਂ ਕੀਤਾ ਤੇ ਬੰਦੀ ਵੇਲੇ ਜਿਹੜੀ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਪਹਿਰ ਵੀ ਕਰਦਾ ਤਾਂ ਕੋਈ ਮਤਲਬ ਹੀ ਨਹੀਂ ਨਾ ਇਹਨਾਂ ਨੇ ਕੀਤੀ ਹੈ ਨਾ ਇਹਨਾਂ ਨੇ ਕਦੀ ਕਿਸੇ ਵੀ ਪਰਿਵਾਰ ਦੀ ਜਿਹੜੀ ਹੈ ਸਾਰ ਲਈ ਵੀ ਤੁਹਾਨੂੰ ਕੀ ਮੁਸ਼ਕਲ ਹੈ ਅਸੀਂ ਤੁਹਾਡੀ ਕੀ ਮੁਸ਼ਕਲ ਖਾਲ ਕਰ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ ਜਦੋਂ ਉਹਨਾਂ ਕੋਲ ਪਾਵਰ ਰਹੀ ਹੈ ਸਾਰੇ ਦਾ ਸਾਰਾ ਢਾਂਚਾ ਉਹਨਾਂ ਕੋਲ ਸੀ ਦਿੱਲੀ ਦੀ ਸਰਕਾਰ ਵੀ ਇੱਕ ਵੇਲੇ ਉਹਨਾਂ ਦੇ ਕੋਲ ਰਹੀ ਉਹਦੇ ਭਾਈਵਾਲ ਰਹੇ ਨੇ ਉਦੋਂ ਇਹਨਾਂ ਨੇ ਕਦੀ ਵੀ ਇਹ ਮੁੱਦਾ ਨਹੀਂ ਉਠਾਇਆ ਸਗੋਂ ਜਿਹੜੇ ਮੁੱਦਾ ਉਠਾਉਂਦੇ ਰਹੇ ਨੇ ਉਹਨਾਂ ਨੂੰ ਡਾਂਗਾ ਉਹਨਾਂ ਤੇ ਝੂਠੇ ਕੇਸ ਚਾਹ ਉਹਨਾਂ ਨੂੰ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈ ਤਰੀਕੇ ਦੇ ਨਾਲ ਪਰੇਸ਼ਾਨ ਕਰਦੇ ਰਹੇ ਨੇ ਹੁਣ ਸਭ ਤੋਂ ਜੇ ਇਸ ਕੇਸ ਨੂੰ ਉਠਾਇਆ ਹੈ ਪਹਿਲੇ ਗੁਰਵਕ ਸਿੰਘ ਨੇ ਉਠਾਇਆ ਸੀ ਇੱਥੇ ਮੋਹਾਲੀ ਆਪਣੇ ਕਿੱਡਾ ਵੱਡਾ ਉੱਥੇ ਮੋਰਚਾ ਲਗਾ ਰਿਹਾ ਉਸ ਤੋਂ ਬਾਅਦ ਫਿਰ ਬਰਗਾੜੀ ਮੋਰਚਾ ਲੱਗ ਗਿਆ ਜਥੇਦਾਰ ਮੰਡ ਜਾਂ ਬਾਕੀ ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ ਇਸ ਦਰਮਿਆਨ ਇਹਨਾਂ ਨੇ ਕਦੀ ਵੀ ਕੋਈ ਉਥੇ ਸਹਿਯੋਗ ਨਹੀਂ ਦਿੱਤਾ ਵੀ ਹਾਂ ਤੁਸੀਂ ਜੋ ਗੱਲ ਕਹਿੰਨੇ ਆ ਅਸੀਂ ਇਹ ਬਿਲਕੁਲ ਠੀਕ ਹੈ ਅਸੀਂ ਇਹਦੀ ਪੈਰ ਵੀ ਕਰਦੇ ਆ ਜੇ ਅਸੀਂ ਵੀ ਤੁਹਾਡੇ ਨਾਲ ਸਹਿਯੋਗ ਦੇਨੇ ਆ ਸੋ ਉਸ ਤੋਂ ਬਾਅਦ ਜਿਹੜਾ ਹੈ ਬਰਗਾੜੀ ਮੋਰਚਾ ਫੇਲ ਹੋਣ ਤੋਂ ਬਾਅਦ ਚਾਹੇ ਬੰਦ ਹੋਣ ਤੋਂ ਬਾਅਦ ਹੋਰ ਕਿਸੇ ਨੇ ਇਹਦੇ ਲਈ ਕੋਈ ਪੈਰ ਵੀ ਨਹੀਂ ਕੀਤੀ ਸਿਵਾਏ ਜਥੇਦਾਰ ਜਗਤਾਰ ਸਿੰਘ ਖਵਾਰਾ ਜੀ ਨੇ ਜਿਹੜੀ ਕਮੇਟੀ ਬਣਾਈ ਸੀ ਆਪਣੀ ਇੱਥੇ ਅਸੀਂ ਮੈਂਬਰ ਆ ਮੈਂ ਮੈਂਬਰ ਆ ਸਾਬ ਦਲਚੇਰ ਸਿੰਘ ਮੈਂਬਰ ਨੇ ਗਿਆਨੀ ਜਿਹੜੇ ਗੁਰਚੰਦ ਸਿੰਘ ਜੀ ਹੈਗੇ ਨੇ ਪਟਿਆਲੇ ਉਹ ਨੇ ਪ੍ਰੋਫੈਸਰ ਬਲਜਿੰਦਰ ਸਿੰਘ ਹੋਰ ਇਸ ਤਰ੍ਹਾਂ ਦੇ अनेਕ ਨੇ ਜਿਹੜੇ ਸੀ ਅਸੀਂ ਦੁਬਾਰਾ ਦੁਬਾਰਾ ਇਸ ਮਾਮਲੇ ਨੂੰ ਜਿਹੜਾ ਚੁੱਕਦੇ ਰਹੇ ਹਾਂ ਜੀ ਜੇਲ੍ਹਾਂ ਦੇ ਜਾ ਕੇ ਬਾਹਰ ਧਰਨੇ ਦਿੰਦੇ ਰਹੇ ਹਾਂ ਮਾਰਚਾਂ ਕਰਦੇ ਰਹੇ ਹਾਂ ਗਵਰਨਰ ਨੂੰ ਮਿਲਦੇ ਰਹੇ ਹਾਂ ਸੋ ਇਹਨਾਂ 'ਚ ਕਿਸੇ ਤੇ ਵੀ ਇਹਨਾਂ ਨੇ ਇੱਕ ਵਾਰ ਨਹੀਂ ਸ਼ਾਮਲ ਨਹੀਂ ਹੋਏ ਤੇ ਆਇਆ ਹੁਣ ਇਲੈਕਸ਼ਨ ਦੇ ਦਰਮਿਆਨ ਆਣ ਕੇ ਇੱਕ ਕੈਂਡੀਡੇਟ ਖੜਾ ਕਰਕੇ ਉਹਦੇ ਰਹੀਂ ਇਹ ਕੀ ਕਰ ਲੈਣਗੇ ਜੇ ਸੁਹਿਰਦ ਹੁੰਦੇ ਪਹਿਲੇ ਤੇ ਇਹਨਾਂ ਨੇ ਅੰਮਰਸਰ ਇੱਕ ਮੀਟਿੰਗ ਬੁਲਾਈ ਬੰਦੀ ਸਿੰਘਾਂ ਲਈ 11 ਮੈਂਬਰੀ ਕਮੇਟੀ ਉਹ ਫੇਲ ਹੋ ਗਈ ਲਗਭਗ ਕਿਉਂਕਿ ਉੱਥੇ ਇਹ ਗੱਲ ਮਹਿਸੂਸ ਹੋ ਗਈ ਵੀ ਇਹ ਕਮੇਟੀ ਬੰਦੀ ਸਿੰਘਾਂ ਨੂੰ ਜਿਹੜੀ ਛਡਾਉਣ ਲਈ ਨਹੀਂ ਬਣਾਈ ਗਈ ਇਹ ਬੰਦੀ ਸਿੰਘਾਂ ਦੀ ਜਗ੍ਹਾ ਸ਼੍ਰੋਮਣੀ ਅਕਾਲੀ ਦਰ ਬਾਦਲ ਨੂੰ ਰਿਵਾਈਵ ਕਰਨ ਦੀ ਉਹਦੇ ਚ ਜਾਨ ਪਾਉਣ ਦੀ ਗੱਲ ਕੀਤੀ ਗਈ ਹੈ ਜਿਹੜਾ ਕਿ ਉਹ ਮਰੇ ਨੂੰ ਹੁਣ ਸੰਜੀਵਨੀ ਬੂਟੀ ਕੀ ਦੇ ਦੇਣਗੇ ਸੋ ਉਹ ਗੱਲ ਫੇਲ ਹੋਣ ਦੇ ਨਾਲ ਤੇ ਹੁਣ ਇਲੈਕਸ਼ਨ 'ਚ ਇਹਨਾਂ ਨੇ ਜਿਹੜਾ ਹੈ ਇਹ ਕਰ ਦਿੱਤਾ ਵੀ ਉਹ ਜੀ ਉਹਦੀ ਭੈਣ ਨੂੰ ਇਸ ਕਰਕੇ ਖਲਾ ਖਲਾ ਰਿਆ ਸੀ ਬਲਵੰਤ ਸਿੰਘ ਨੂੰ ਵੀ ਬੰਦੀ ਸਿੰਘਾਂ ਦਾ ਅਸੀਂ ਜਿਹੜਾ ਹੈ ਉਹ ਉਹਨਾਂ ਦੀ ਜਿਹੜੀ ਹੈ ਖਲਾਸੀ ਕਰਾਉਣ ਦੀ ਗੱਲ ਕਰਾਂਗੇ ਜੀ ਉਸ ਤੋਂ ਬਕੈਰ ਵੀ ਹੋ ਸਕਦੀ ਏ ਜਿਹੜਾ ਹੈ ਸੁਖਪ੍ਰੀਤ ਸਿੰਘ ਬਾਦਲ ਸ਼ੋਮਨੀ ਕਾਲੀ ਦਲ ਦਾ ਪ੍ਰਧਾਨ ਵੀ ਹੈ ਜੀ ਉਹ ਪਾਰਲੀਮੈਂਟ 'ਚ ਮੈਂਬਰ ਵੀ ਆ ਉਹਦੀ ਘਰ ਵਾਲੀ ਮੈਂਬਰ ਦੋਨੋਂ ਤੇ ਰਹੇ ਹੁਣ ਕਾਲੀ ਦਲ ਦੇ ਇਹਨਾਂ ਨੇ ਪਾਰਲੀਮੈਂਟ 'ਚ ਕੀ ਕੀਤਾ ਹੈ ਦੋਨੋਂ ਮੀਆਂ ਬੀਬੀ ਮੈਂਬਰ ਪਾਰਲੀਮੈਂਟ ਨੇ ਜੇ ਇਹ ਦੋਨੋਂ ਗੱਲ ਨਹੀਂ ਚੁੱਕ ਚਕੇ ਤਾਂ ਬੀਬੀ ਕਮਲਦੀਪ ਕੌਰ ਨੇ ਲੈਦੀ ਗੱਲ ਤਾਂ ਕਰਨੀ ਨਹੀਂ ਕੋਈ ਨਹੀਂ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਇਹ ਗੱਲ ਕਹੀ ਹਣਾ ਚਾਹੁੰਦਾ ਸੀ ਵੀ ਹੁਣ ਬੀਬੀ ਕਮਲਜੀਤ ਕੌਰ ਜਿਹੜੀ ਕਮਲਦੀਪ ਕਮਲਜੀਤ ਕੌਰ ਉਹਨੂੰ ਲੋਕੀ ਕਿਉਂ ਵੋਟਾਂ ਦੇਣਗੇ ਜੇ ਇਹ ਗੱਲ ਹੈ ਜਿਹੜਾ ਐਡਾ ਵੱਡਾ ਬਦਨਾਮ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਹਦੇ ਵੱਲੋਂ ਖਲੋਂਦੀ ਹੈ ਤੇ ਉਹਨੂੰ ਕਿੱਥੋਂ ਉਹਦੀ ਜਿਹੜੀ ਬਦਨਾਮੀ ਤੇ ਧੋਤੇ ਧੋਤੇ ਗਈ ਹੈ ਇਸ ਕਰਕੇ ਇਹ ਗੱਲ ਜਿਹੜੀ ਹੈ ਬਿਲਕੁਲ ਗਲਤ ਹੈ ਇਸ ਬੀਬੀ ਨੂੰ ਖਲੋਣਾ ਨਹੀਂ ਸੀ ਚਾਹੀਦਾ ਖਾਸ ਕਰਕੇ ਜੇ ਪੰਥਕ ਸ਼ਫਾ ਬਾਕੀ ਜਿਹੜੀਆਂ ਲੜਾਈ ਕਰਦੀਆਂ ਸੀ ਉਹਨਾਂ ਨੇ ਸਹਿਮਤੀ ਪ੍ਰਗਟ ਕਰਕੇ ਜੇ ਉਹ ਇਹ ਦੀ ਹੰਗਾਰਾ ਭਰਦੇ ਤੇ ਖੜੋ ਜਾਂਦੀ ਸਿਰਫ ਤੇ ਸਿਰਫ ਕਹਿ ਦੇਣਾ ਵੀ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਬਾਕੀ ਉਹਨਾਂ ਦੇ ਨਾਲ ਕਈ ਜਿਹੜੇ ਸਮਾਜੀ ਜਿਹੜੇ ਜਾਂ ਧਾਰਮਿਕ ادارے ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੈ ਬੁੱਢਾ ਦਲ ਹੈ ਬਾਬਾ ਬਲਵੀਰ ਸਿੰਘ ਜਿਹੜਾ ਹੈ ਸ਼੍ਰੋਣੀ ਕਮੇਟੀ ਦੇ ਮੈਂਬਰ ਨੇ ਜਾਂ ਦਮਦਮੀ ਟਕਸਾਲ ਨੇ ਇਹ ਤੇ ਸਾਰੇ ਬਾਦਲ ਦੇ ਵੇਲੇ ਦੇ ਗੱਲਾਂ ਨੇ ਉਹ ਖੁਦ ਵੀ ਉਹਨਾਂ ਦੀ ਹੋਂਦ ਜਿਹੜੀ ਹੈ ਬੜੀ ਜਿਹੜੀ ਹੈ ਖਤਰੇਜ ਹੈ ਖਤਰੇਜ ਨਹੀਂ ਉਹਨਾਂ ਨੂੰ ਲੋਕਾਂ ਨੇ ਮੰਨਤਾ ਦੇਣੀ ਬੰਦ ਕਰ ਦਿੱਤੀ ਹੈ ਸੋ ਇਸ ਕਰਕੇ ਬਹੁਤ ਵੱਡਾ ਗਲਤ ਫੈਸਲਾ ਲੈ ਲਿਆ ਐਸਪੀਪੀ ਨੇ ਅਜੇ ਵੀ ਇਹ ਦਰਸਤ ਹੋ ਰਹੀ ਜੇ ਇਹ ਆਪਣੇ ਆਪ ਨੂੰ ਪਿੱਛੇ ਹਟਾ ਲੇ ਨਾਲ ਇਹ ਕਵੇ ਵੀ ਹਾਂ ਇਹਦੇ ਚ ਇਸ ਵੇਲੇ ਜੋ ਸਜੋਗ ਦੇਣਾ ਚਾਹੀਦਾ ਉਹ ਸਿਮਰਜੀਤ ਸਿੰਘ ਮਾਨ ਨੂੰ ਦੇਣਾ ਚਾਹੀਦਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਲੜਿਆ ਸਰਕਾਰ ਦੇ ਤੌਰ ਤੇ ਲੜਿਆ ਬਾਦਲ ਢਾਲਨੇ ਵਿੱਚ ਉਹਨੂੰ ਹੈਰਾਨ ਕੀਤਾ ਬਾਕੀ ਦੀਆਂ ਸਰਕਾਰਾਂ ਨੇ ਵੀ ਕੀਤਾ ਇਹਨਾਂ ਨੂੰ ਜਿਹੜੇ ਸੱਜਣ ਨੇ ਜਿਹੜੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇ ਬਹੁਤੇ ਚੰਗੇ ਨੇ ਤਾਂ ਆਪਣਾ ਵਿਕਰਮ ਸਿੰਘ ਨੂੰ ਛੜਾ ਲੈਣ ਉਹਨੂੰ ਤੇ ਛੜਾਉਣ ਦੇ ਕਾਬਲ ਨਹੀਂ ਹੈਗੇ ਕਿਉਂਕਿ ਉਹਨੂੰ ਕਿੱਦਾਂ ਛੱਡਿਆ ਜਾਏਗਾ ਉਹਦੇ ਬੜੇ ਸਗੀਨ ਉਦੇ ਖਿਲਾਫ ਜਿਹੜੇ ਨੇ ਜੁਰਮ ਹੈਗੇ ਨੇ ਜਿਹੜੇ ਸੋ ਇਹ ਗੱਲ ਜਿਹੜੀ ਹੈ ਇਹ ਸਿਰਫ ਤੇ ਸਿਰਫ ਇੱਕ ਮੌਕਾ ਕੱਢਿਆ ਹੈ ਵੀ ਇੱਕ ਤੇ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਸੀ ਵੀ ਆਇਆ ਇਲੈਕਸ਼ਨ ਚ ਆਪਾਂ ਹਾਰੇ ਕਿਉਂ ਆ ਜੀ ਇਹ ਗੱਲ ਉੱਪਰ ਕੇ ਆ ਗਈ ਵੀ ਉਹਨਾਂ ਨੇ ਰਿਪੋਰਟ ਦਿੱਤੀ ਸੀ ਵੀ ਲੋਕੀ ਕਹਿੰਦੇ ਨੇ ਵੀ ਹੁਣ ਜਿਹੜੀ ਲੀਡਰਸ਼ਿਪ ਇਹ ਬਦਲਣੀ ਚਾਹੀਦੀ ਹੈ ਬਦਲ ਦਾ ਮਤਲਬ ਸੀ ਵੀ ਸੁਖਬੀਰ ਬਾਦਲ ਦੀ ਛੁੱਟੀ ਹੋਵੇ ਇਹ ਖੁਦ ਚਲੇ ਜੇ ਤਾਂ ਬਹੁਤ ਵਧੀਆ ਨਹੀਂ ਤੇ ਲੋਕੀ ਛੁੱਟੀ ਕਰਨ ਨੂੰ ਤਿਆਰ ਆ। ਸੋ ਉਸ ਗੱਲ ਨੂੰ ਪਿੱਛੇ ਪਾ ਦਿੱਤਾ ਵੀ ਨਹੀਂ ਜੀ ਹੁਣ ਤੇ ਸੰਗਰੂਰ ਦੀ ਇਲੈਕਸ਼ਨ ਆ ਗਈ ਆ। ਇਸ ਕਰਕੇ ਇਸ ਰਿਪੋਰਟ ਨੂੰ ਆਪਾਂ ਜਨਤਕ ਨਹੀਂ ਕਰਨਾ। ਕਿਨਾਂ ਕਿਚਿਆ ਨਾ ਕਰਨਗੇ। ਇਹ ਜਨਤਕ ਨਾ ਕਰਨਾ। ਇਸ ਤਰ੍ਹਾਂ ਦੀ ਬਦਨਾਮੀ ਦੇ ਵਿੱਚੋਂ ਇਹ ਜਿਹੜੀ ਹੈ ਇਲੈਕਸ਼ਨ ਬਾਦਲ ਦਲ ਨੂੰ ਤੇ ਬਾਕੀ ਬਾਦਲ ਦਲ ਦੀਆਂ ਜਿਹੜੀਆਂ ਸਹਿਯੋਗ ਸੰਸਥਾਵਾਂ ਨੇ ਉਹਨਾਂ ਨੂੰ ਫਾਇਦਾ ਨਹੀਂ ਨੁਕਸਾਨ ਪਹਾਈਗੀ। ਕਿਉਂਕਿ ਝੂਠ ਦੇ ਪੈਰ ਨਹੀਂ ਕਦੀ ਹੁੰਦੇ। ਆਪਣਾ ਪਿਛਲਾ ਜਿਹੜਾ ਰਿਕਾਰਡ ਜਿਹੜਾ ਇਹਨਾਂ ਦਾ ਬਿਲਕੁਲ ਜਿਹੜਾ ਖਲਾਫ ਹੈ ਇਹਨਾਂ ਨੇ ਬੰਦੀ ਸਿੰਘਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਹਨਾਂ ਨੂੰ ਰਿਹਾਈ ਨਾ ਹੋਣ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਤੇ ਹੁਣ ਕਿੱਥੋਂ ਰਿਹਾਈ ਕਰਵਾ ਲੈਣਗੇ ਆਪਾਂ ਹੁਣੇ ਆ ਆਪਾਂ ਗਵਰਨਰ ਨੂੰ ਮਿਲੇ ਸੀ ਜੀ ਇਹਨਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ ਇਹ ਆਪ ਹੀ ਪੋਲੀਟੀਕਲ ਪਾਰਟੀ ਸੀ ਸਭ ਤੋਂ ਵੱਡੀ ਆਪਣੇ ਆਪ ਨੂੰ ਗਿਣਦੇ ਨੇ ਰਾਜ ਕੀਤਾ ਸੀ ਤੇ ਇਹ ਆਪ ਹੀ ਮੁੱਦਾ ਜਦੋਂ ਤੋਂ ਬਾਹਰ ਹੋਏ ਨੇ ਘੜ ਤੋਂ ਘਟ ਪਿਛਲੇ ਸਾਲ ਇਹਨਾਂ ਨੂੰ ਹਾਰ ਮਿਲੀ ਉਸ ਤੋਂ ਬਾਅਦ ਜਿਹੜਾ ਸੀ ਪੰਜ ਸਾਲ ਇਹਨਾਂ ਨੇ ਗੁਲਵਾ ਗੁਲਲੇ ਆਇਆ ਫਿਰ ਜਦੋਂ ਜ਼ੀਰੋ ਤੇ ਆ ਗਏ ਨੇ ਹੁਣ ਜਿਹੜਾ ਮੁੱਦੇ ਘਟਾਉਂਦੇ ਫਿਰਦੇ ਨੇ ਸੋ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆ ਚੋਣ ਨੂੰ ਉਖਾੜਾ ਨਹੀਂ ਸੀ ਬਣਾਉਣਾ ਚਾਹੀਦਾ ਐਸਪੀਪੀ ਨੂੰ ਗਲਤ ਫੈਸਲਾ ਉਹਨ ਲੈ ਲਿਆ ਏ ਬਲਵੰਤ ਸਿੰਘ ਨੂੰ ਬਦਨਾਮ ਕਰਨਗੇ ਕਿਉਂਕਿ ਬਲਵੰਤ ਸਿੰਘ ਦੇ ਨਾਂ ਤੇ ਕਿਸੇ ਨੇ ਵੋਟ ਨਹੀਂ ਦੇਣੀ ਉਹਨਾਂ ਨੂੰ ਇਹ ਪਤਾ ਹੈ ਇਹ ਜਿਹੜਾ ਦਲ ਹੈ ਇਹ ਬਾਕੀ ਦੀਆਂ ਸੰਸਥਾਵਾਂ ਨੇ ਇਹ ਬਦਨਾਮ ਹੋ ਚੁੱਕੀਆਂ ਇਹਨਾਂ ਨੇ ਨਾ ਪੰਜਾਬ ਦਾ ਕੋਈ ਫਾਇਦਾ ਕੀਤਾ ਨਾ ਸਿੱਖਾਂ ਦਾ ਕੀਤਾ ਨਾ ਪੰਜਾਬੀਆਂ ਦਾ ਕੀਤਾ ਸਿਰਫ ਸਿਰਫ ਰਾਜ ਕਰਨ ਲਈ ਗੰਢ ਜੋੜ ਕਰਦੇ ਰਹੇ ਨੇ ਜਿਹੜੀ ਕਿ ਸਿਧਾਂਤਿਕ ਤੌਰ ਤੇ ਬਿਲਕੁਲ ਗਲਤ ਸੀ ਨਾ ਤਾਂ ਉਹ ਸਿੱਖੀ ਦੇਨਕੂਲ ਸੀ ਨਾ ਸਿੱਖਾਂ ਦਾ ਸਿਧਾਂਤਾਂ ਦੇਨਕੂਲ ਸੀ ਨਾ ਉਹ ਕਾਨੂੰਨ ਦੇਨਕੂਲ ਸੀ ਨਾ ਇਨਸਾਨੀਅਤ ਦੇਨਕੂਲ ਸੀ ਇਸ ਕਰਕੇ ਇਹ ਫੈਸਲਾ ਅਸੀਂ ਜਿਹੜਾ ਹੈ ਹਵਾਰਾ ਕਮੇਟੀ ਦੇ ਨਮਾਇंदे ਹੋਣ ਕਰਕੇ ਜੀ ਅਸੀਂ ਇਸ ਬੀਬੀ ਨੂੰ ਬਲਵੰਤ ਸਿੰਘ ਦੀ ਭੈਣ ਜਿਹੜੀ ਕਹਿੰਦੀ ਆ ਵੀ ਮੈਂ ਭੈਣ ਆ ਤੇ ਮੈਂ ਜਿਹੜੀ ਹੈ ਇਸ ਪੰਥਕ ਸਫਾ ਚ ਖਲੋਤੀ ਆ ਉਹ ਪੰਥਕ ਸਫਾਾਂ ਦੀ ਕੈਂਡੀਡੇਟ ਨਹੀਂ ਹੈਗੀ ਅਸੀਂ ਉਹਨੂੰ ਇੱਕੋ ਹੀ ਬੇਨਤੀ ਕਰਦੇ ਆ ਵੀ ਹਾਰ ਤੁਹਾਡੀ ਜਿਹੜੀ ਹੈਗੀ ਹੈ 100% ਤੁਸੀਂ ਇਹਦੇ ਵਿੱਚੋਂ ਬਦਨਾਮੀ ਲਾਓਗੇ ਕੀ ਫਾਇਦਾ ਨਿਕਲੇਗਾ ਇਸ ਕਰਕੇ ਤੁਹਾਨੂੰ ਪਿੱਛੇ ạt ਜਾਣਾ ਚਾਹੀਦਾ ਹੈ ਅ ਐਡਵੋਕੇਟ ਦਿਲਸ਼ੇਸ਼ ਸਿੰਘ ਜੰਡਿਆਲਾ ਜੀ ਵੀ ਸਾਡੇ ਨਾਲ ਮੌਜੂਦ ਨੇ ਜਿਵੇਂ ਸਰ ਨੇ ਵੀ ਗੱਲ ਕਹੀ ਹੈ ਵੀ ਇਸ ਦੇ ਨਾਲ ਬਲਵੰਤ ਸਿੰਘ ਰਾਜਵਾਨੀ ਦੀ ਵੀ ਬਦਨਾਮੀ ਜਿਵੇਂ ਹੋਏਗੀ ਕਿਉਂਕਿ ਇਨੀ سپورਟ ਨਹੀਂ ਮਿਲਲੀ ਇਨਾ ਵੋਟਾਂ ਹੋ ਸਕਦਾ ਨਾ ਮਿਲਣ ਤੇ ਜਿਵੇਂ ਸਰ ਨੇ ਵੀ ਕਿਹਾ ਹਾਰ ਪੱਕੀ ਹੈ ਪਰ ਰਾਜਵਾਨਾ ਸਾਹਿਬ ਚਿੱਠੀ ਲਿਖਦੇ ਨੇ ਮਾਨ ਸਾਹਿਬ ਨੂੰ ਵੀ ਤੁਸੀਂ سپورਟ ਕਰੋ ਉਹਨਾਂ ਦੀ ਭੈਣ ਦੀ ਪਰ ਦੂਜੇ ਪਾਸੇ ਸੁਣਨ ਚ ਇਹ ਵੀ ਆਇਆ ਹੈ ਵੀ ਅੱਜ ਜਥੇਦਾਰ ਸਿੰਘ ਖਵਾਰਾ ਉਹਨਾਂ ਦਾ ਵੀ ਕੋਈ ਸੁਨੇਹਾ ਆਇਆ ਹੈ ਕੌਮ ਦੇ ਲਈ ਬਿਲਕੁਲ ਜੀ ਇਹ ਗੱਲ ਤਾਂ ਠੀਕ ਹੈ ਕਿ ਰਾਜਵੰਨ ਸਾਹਿਬ ਨੇ ਆਪਣੀ ਭੈਣ ਦੀ ਸਪੋਰਟ ਵਾਸਤੇ ਚਿੱਠੀ ਲਿਖੀ ਮਾਨ ਸਾਹਿਬ ਨੂੰ ਇਹ ਗੱਲ ਕੀਤੀ ਕਿ ਬੰਦੀ ਸਿੰਘਾਂ ਦੀ ਰਖਾਈ ਲਈ ਤੁਸੀਂ ਜਿਹੜਾ ਆਪ ਇਲੈਕਸ਼ਨ ਲੜਨ ਤੋਂ ਪਿੱਛੇ हट ਜਾਓ ਤੇ ਮੇਰੀ ਭੈਣ ਦੀ ਸਪੋਰਟ ਕਰਦੇ ਹੋ ਕਮਲਦੀਪ ਕੌਰ ਦੀ ਇਹਦੇ ਚ ਦੋ ਗੱਲਾਂ ਨੇ ਜੀ ਮਾਨ ਸਾਹਿਬ ਦਾ ਜਿਹੜਾ ਪਿਛਲਾ ਲੰਬੇ ਅਰਸੇ ਤੋਂ ਸੰਘਰਸ਼ ਕਰਨਾ ਪੋਲਿਟੀਕਲ ਸ਼ਿਫਾਵਾਂ ਦੀ ਉਹਨਾਂ ਦੇ ਜਿਹੜਾ ਤਜਰਬਾ ਹੈਗਾ ਜੋ ਉਹਨਾਂ ਨੇ ਤਸ਼ੱਦਦ ਚੱਲਿਆ ਹੈ ਤੇ ਸਟੇਟ ਦੇ ਨਾਲ ਜਿਹੜਾ ਅੱਜ ਤੱਕ ਆੜਾ ਲੈ ਰਹੇ ਨੇ ਉਹਦਾ ਮੈਚ ਬੀਬੀ ਕਮਲਦੀਪ ਕੌਰ ਨਾਲ ਕਰਨਾ ਬਿਲਕੁਲ ਹੀ ਜਿਹੜਾ ਵਾਜਬ ਨਹੀਂ ਹੋਏਗਾ ਉਹਨਾਂ ਦਾ ਪੋਲਿਟੀਕਲ ਕਰੀਅਰ ਬਹੁਤ ਤਕੜਾ ਹੈ ਲੋਕਾਂ ਨੇ ਉਹਨਾਂ ਨੂੰ ਬੜੀ ਮਾਨਤਾ ਦਿੱਤੀ ਹੈ ਸਪੋਰਟ ਕਰਦੇ ਨੇ ਔਰ ਸਭ ਤੋਂ ਸੋਹਣੀ ਗੱਲ ਕਨਸਿਸਟੈਂਟਲੀ ਉਹ ਪਿਛਲੇ ਲੰਮੇ ਸਮੇਂ ਤੋਂ ਇਸੇ ਲੜਾਈ ਤੇ ਲੱਗੇ ਨੇ ਬੀਬੀ ਕਮਲਦੀਪ ਕੌਰ ਤੇ ਇਹ ਜਿਸ ਧੜੇ ਦੇ ਨਾਲ ਆਈ ਹੈ ਜਿਸ ਧੜੇ ਦੇ ਵਿੱਚੋਂ ਨਿਕਲੀ ਆ ਉਹ ਧੜਾ ਪਿਛਲੇ 15 ਸਾਲਾਂ ਤੋਂ ਰਾਜ ਕਰ ਰਿਹਾ ਸੀ ਮੈਂ ਇਥੇ ਇੱਕ ਐਗਜ਼ਾਮਪਲ ਕੋਟ ਕਰਦਾ ਜੇ ਸੱਚੇ ਅਮਰਦਨ ਦੇ ਬੰਦੀ ਸਿੰਘਾਂ ਦੇ ਜਿੱਦਾਂ ਤਮਿਲਨਾਡੂ ਦੀ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਸੀ ਰਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਣ ਲਈ ਅਸੈਂਬਲੀ 'ਚ ਮਤਾ ਪਾਸ ਕਰਕੇ ਗਵਰਨਰ ਨੂੰ ਭੇਜਿਆ ਔਰ ਸੈਂਟਰ ਨੂੰ ਇਹ ਹਦਾ ਦਿੱਤੀ ਸੀ ਕਿ ਜੇ ਤੁਸੀਂ ਇਹਨਾਂ ਬੰਦਿਆਂ ਨੂੰ ਨਹੀਂ ਛੱਡੋਗੇ ਅਸੀਂ ਛੱਡ ਦੇਾਂਗੇ ਜੇ ਚਾਹੁੰਦੇ ਇਹਨਾਂ ਕੋ ਸਾਰਾ ਕੁਝ ਸਿਸਟਮ ਹੈਗਾ ਸੀ ਇਹ ਮਤਾ ਪਾਸ ਕਰ ਦੇ ਉਹਨਾਂ ਨੂੰ ਛੱਡ ਦੇ ਅੱਜ ਰਜੀਵ ਗਾਂਧੀ ਦੇ ਕਤਲ ਬਾਹਰ ਨੇ ਇਹ ਜਿਹੜੇ ਪ੍ਰੋਪੋਗੈਂਡਾ ਕਰ ਰਹੇ ਨੇ ਬੰਦੀ ਸਿੰਘਾਂ ਦੇ ਨਾਮ ਤੇ ਜਦੋਂ ਇਹਨਾਂ ਕੋਲ ਪਾਵਰ ਸੀ ਉਦੋਂ ਜਿਹੜੇ ਐਜੀਟੇਟ ਕਰਦੇ ਸੀਗੇ ਇਹਨਾਂ ਬੰਦਿਆਂ ਨੂੰ ਛੱਡੂ ਇਹਨਾਂ ਦੇ ਡਾਂਗਾ ਮਾਰਦੇ ਸੀ ਗੰਦੇ ਪਾਣੀ ਪਾਉਂਦੇ ਸੀ ਪੰਜਾਬ ਜਾ ਕੇ ਕੋਟਦੇ ਸੀ ਜਦੋਂ ਸਰਬਤ ਖਾਲਸਾ ਹੋਇਆ ਪੈਰਲਰ ਜਥੇਦਾਰ ਸਾਹਿਬ ਚੁਣੇ ਗਏ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ 10 ਲੱਖ ਦੇ ਇਕੱਠ ਨੇ ਚੁਣਿਆ ਰਵਾਇਤੀ ਤੌਰ ਤੇ ਅਸਲ ਦੇ ਵਿੱਚ ਜਿਹੜਾ ਜਥੇਦਾਰ ਚੁਣਿਆ ਜਾਂਦਾ ਰਵਾਇਤੀ ਤੌਰ ਤੇ ਉਹ ਸਰਬਤ ਖਾਲਸਾ ਹੀ ਚੁੜਦਾ ਸੀ ਅਸਲ ਦੇ ਵਿੱਚ ਜਥੇਦਾਰ ਸਾਹਿਬ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਹੀ ਨੇ ਜਿਹੜੀ ਇਹਨਾਂ ਦੇ ਜਥੇਦਾਰ ਨੇ ਉਹਨਾਂ ਨੂੰ ਵਰਤ ਕੇ 11 ਜਿਹੜੀ 11 ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਸੁਖਵੀਰ ਬਾਦਲ ਨੂੰ ਵੀ ਲਿਆ ਉਹਦੇ ਰੋਸ ਵੱਜੋਂ ਦਾਦੂਵਾਲ ਸਾਹਿਬ ਨੇ ਵੀ ਇਹਦਾ ਵਿਰੋਧ ਕੀਤਾ ਕਿ ਜੇ ਸੁਖਵੀਰ ਬਾਦਲ ਇਹਦਾ ਮੈਂਬਰ ਹੋਏਗਾ ਤੇ ਅਸੀਂ ਨਹੀਂ ਇਸ ਕਮੇਟੀ ਨੂੰ ਮੰਨਦੇ ਕਈ ਮੈਂਬਰਾਂ ਨੇ ਕੀਤਾ ਖੁਦ ਇਹ ਜੀਬੀਸੀ ਮੈਂਬਰਾਂ ਨੇ ਅਰਾੜਾ ਪਾਇਆ ਕਿ ਇਹ ਨਿਜ਼ਾਮ ਬਦਲਣਾ ਤੇ ਬੀਬੀ ਫਿਰ ਉਹਨਾਂ ਦੇ ਮਗਰ ਲੱਗ ਗਈ ਜੀ ਸੋ ਇਸ ਵੀਬੀ ਨੂੰ ਇਹੀ ਸੁਧਿਰਤਾ ਦਾ ਡਿਸੀਜਨ ਇਹਦੇ ਵਾਸਤੇ ਹੋਏਗਾ ਠੀਕ ਹੈ ਰਾਜੂਵਾਨਾ ਸਾਹਿਬ ਦੀ ਜਿਹੜੀ ਕੁਰਬਾਨੀ ਉਹਦਾ ਮੁੱਲ ਨਹੀਂ ਮੋੜਿਆ ਜਾ ਸਕਦਾ ਨਾ ਪੰਥ ਮੋੜ ਸਕਦਾ ਪਰ ਜੇ ਕੁਰਬਾਨੀ ਦਾ ਮੁੱਲ ਪੋਣਾ ਤੇ ਉਹ ਕੁਰਬਾਨੀ ਜ਼ੀਰੋ ਹੋ ਜਾਈਗੀ ਉਹਨਾਂ ਦੀ ਇਸ ਕਰਕੇ ਵੀਬੀ ਨੂੰ ਮਾਨ ਦੀ ਸਪੋਰਟ ਕਰਨੀ ਚਾਹੀਦੀ ਆ ਮਾਨ ਹੈ ਇਸ ਵੇਲੇ ਵਿਨਿੰਗ ਕੈਂਡੀਡੇਟ ਹੈਗਾ ਸਾਰਾ ਪੰਥ ਇਹ ਆਵਾਜ਼ ਦੇ ਰਿਹਾ ਕਿ ਸਿਮਰਤਜੀਤ ਸਿੰਘ ਮਾਨ ਦਾ ਜਿਹੜਾ ਇਹ ਮੌਕਾ ਹੈ ਉਹਨਾਂ ਨੂੰ ਜਿਤਾਉਣਾ ਚਾਹੀਦਾ ਇਹ ਬਾਦਲ ਹੁਣੀ ਤੇ ਜੇ ਇੱਕ ਇੱਕ ਦੁਬਾਰਾ ਗੱਲ ਕਰੀ ਜਾਂਦੇ ਨੇ ਕਿ ਸਿਰਫ ਜੀ ਇਹ ਕਮਲਦੀਪ ਕੌਰ ਇਹ ਉਥੇ ਲੋਕ ਸਭਾ ਜੇ ਜਾ ਕੇ ਬੰਦੀ ਸਿੰਘਾਂ ਦੀ ਗੱਲ ਕਰ ਸਕਦੀ ਆ ਸੁਖਵੀਰ ਬਾਦਲ ਨੂੰ ਕਿਹੜਾ ਸੱਪ ਸੁੰਘ ਗਿਆ ਜੀ ਕਿ ਇਹ ਬੀਬੀ ਜਿਹੜੀ ਹਰਸਿਮਰਤ ਕੌਰ ਆ ਇਹ ਤਾਂ ਬਹੁਤ ਉੱਚੀ ਉੱਚੀ ਬੋਲਦੀ ਆ ਉਥੇ ਕਿਉਂ ਨਹੀਂ ਇਹ ਗੱਲ ਕਰਦੀ ਬੰਦੀ ਸਿੰਘਾਂ ਦੀ ਇਸ ਕਰਕੇ ਜਿਹੜੀ ਇਹ ਕਮਲਦੀਪ ਕੌਰ ਨੂੰ ਇਹ ਕਹਿਣਾ ਕਿ ਇਹ ਬੰਦੀ ਸਿੰਘਾਂ ਦੀ ਗੱਲ ਕਰੇਗੀ ਜਿੱਦਾਂ ਚਾਹਲ ਸਾਹਿਬ ਨੇ ਦੱਸਿਆ 1995 ਤੋਂ ਲੈ ਕੇ 2004 ਤੱਕ ਕੋਈ ਪਹਿਰਵਾਹੀ ਨਹੀਂ ਕੀਤੀ ਸਿਰਫ ਇੱਕ ਕ੍ਰੈਡਿਟ ਲੈਣ ਲਈ ਜਾਂ ਬਾਦਲਾ ਨੂੰ ਇੱਕ ਦਲਦਲ ਚੋਂ ਕੱਢਣ ਲਈ ਆਪਣੀ ਇਹ ਹੇਉਤੀ ਦੇਣ ਦੀ ਕੋਸ਼ਿਸ਼ ਕਰ ਰਹੀ ਆ ਇਹ ਗਲਤ ਹੋਏਗਾ ਇਸ ਕਰਕੇ ਸਾਡੀ ਹਵਾਰਾ ਕਮੇਟੀ ਵੱਲੋਂ ਵੀ ਅਪੀਲ ਹੈਗੀ ਆ ਜ세ਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦਾ ਉਹਨਾਂ ਦੇ ਬਾਪੂ ਜੀ ਦਾ ਇਹ ਸੰਦੇਸ਼ ਆਇਆ ਹੈ ਜੀ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਪੰਥ ਤਕੜਾ ਉਹ ਕਿ ਤਨਮਨ ਤਾਂ ਦਿਨਾਲ ਉਹਨਾਂ ਦੀ ਸਪੋਰਟ ਕਰੇ ਤੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਫੇਚ ਤਾਂ ਲੱਗਦਾ ਵੀ ਜਿਹੜਾ ਇਹ ਸੁਨੇਹਾ ਆਇਆ ਹੈ ਜਿੱਥੇ ਜਗਤਾਰ ਸਿੰਘ ਹਵਾਰਾ ਹੋਣਾ ਵੱਲੋਂ ਜਾਂ ਉਹਨਾਂ ਦੇ ਬਾਪੂ ਜੀ ਦੇ ਥਰੂ ਆਇਆ ਹੈ ਤੇ ਸ਼ਰਮਣੀ ਕਾਲੀ ਦਲ ਨੂੰ ਇੱਕ ਬਹੁਤ ਵੱਡਾ ਝਟਕਾ ਭਾਈ ਸਾਹਿਬ ਝਟਕੇ ਤੇ ਉਹਨਾਂ ਨੂੰ ਪਹਿਲਾਂ ਹੀ ਬਹੁਤ ਵੱਡੇ ਲੱਗੇ ਨੇ ਹੁਣ ਇਹ ਸੁਨੇਹਾ ਪੰਥ ਨੂੰ ਆ ਜਿਹੜਾ ਪੰਥ ਦਿਵਦਾ ਜੀ ਪਿਆ ਸੀ ਵੀ ਕੀ ਕਰੀਏ ਜਾਂ ਕੀ ਨਾ ਕਰੀਏ ਉਹ ਪੰਥ ਨੂੰ ਹੁਣ ਸੁਚੇਤ ਮਿਲ ਗਿਆ ਇੱਕ ਸੰਦੇਸ਼ ਮਿਲ ਗਿਆ ਉਹਨਾਂ ਦੇ ਜਥੇ ਦਾ ਅਸਲ ਜਥੇਦਾਰ ਵੱਲੋਂ ਹੁਣ ਪੰਥ ਜਿਹੜਾ ਵਾ ਸਿਮਰਜੀਤ ਸਿੰਘ ਮਾਨ ਨੂੰ ਜ਼ਰੂਰ ਜਿਤਾਏਗਾ ਵੋਟਾਂ ਪਾ ਕੇ ਜਿਤਾਏਗਾ ਔਰ ਇਹ ਵੀ ਗੱਲ ਦੇਖਣ ਨੂੰ ਮਿਲੇਗੀ ਵੱਖਰੇ ਵੱਖਰੇ ਜਿਹੜੇ ਸੂਬਿਆਂ ਜਾਂ ਸਟੇਟਾਂ ਤੋਂ ਲੋਕ ਉੱਥੇ ਉਹਨਾਂ ਦਾ ਪ੍ਰਚਾਰ ਕਰਨ ਵੀ ਆਉਣਗੇ ਸਰ ਜਿਵੇਂ ਦਿਲਚੇਰ ਜੀ ਨੇ ਵੀ ਕਿਹਾ ਵੀ ਛਟਕੇ ਤਾਂ ਪਹਿਲਾਂ ਹੀ ਬਹੁਤ ਲੱਗੇ ਨਿਕਾਲੀ ਦਲ ਨੂੰ ਪਰ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬੀਬੀ ਨੂੰ ਆਪਣੇ ਆਪ ਹੀ ਹਟ ਜਾਣਾ ਚਾਹੀਦਾ ਹੁਣ ਇਸ ਚੋਣ ਮੈਦਾਨ ਚ ਹੁਣ ਜਿਹੜਾ ਇਹ ਸੁਨੇਹਾ ਆਇਆ ਹੈ ਜੱਜਦਾ ਜਿਕਤਾਰ ਸਿੰਘ ਹਵਾਰਾ ਜੀ ਹੋਣਾ ਵੱਲੋਂ ਕਿ ਇਸ ਸੁਨੇਹੇ ਤੋਂ ਬਾਅਦ ਗੱਲ ਮੰਨ ਲੈਣੀ ਚਾਹੀਦੀ ਹੈ ਸਟੈਪ ਬੈਕ ਕਰਨਾ ਚਾਹੀਦਾ ਦੇਖੋ ਗਲਤੀ ਜੇ ਕਰ ਲਈ ਇਹ ਤਾਂ ਉਹ ਕਿਸੇ ਵੀ ਲਈ ਸੁਧਾਰੀ ਜਾ ਸਕਦੀ ਹੈ ਅਜੇ ਸਮਾਂ ਹੈਗਾ ਜੀ ਜੋ ਪੰਥ ਦੀ ਆਵਾਜ਼ ਹੈ ਜਾਂ ਲੋਕਾਂ ਦੀ ਆਵਾਜ਼ ਹੈ ਉਹਨਾਂ ਲੋਕਾਂ ਦੇ ਹੱਕ ਦੀ ਆਵਾਜ਼ ਜੇ ਜਿਹੜੇ ਹੱਕਾਂ ਲਈ ਲੜਦੇ ਨੇ ਕੋਈ ਜਿਹੜੀ ਹੈ ਮਨੁੱਖਤਾ ਤੇ ਲੜਦੇ ਨੇ ਪੰਜਾਬ ਲਈ ਲੜਦੇ ਨੇ ਪੰਜਾਬੀਅਤ ਲਈ ਲੜਦੇ ਨੇ ਸਿੱਖ ਮੁੱਦੇ ਉਧਾਰ ਉਹ ਵਾਰਦੇ ਨੇ ਤੇ ਉਹਨਾਂ ਨੂੰ ਹੀ ਜਿਹੜਾ ਸਪੋਰਟ ਕਰਨਾ ਚਾਹੀਦਾ ਹੁਣ ਬਾਦਲ ਸਰਕਾਰ ਜਾਂ ਬਾਦਲ ਗਰੁੱਪ ਨੂੰ ਕਿਤਾ ਸਪੋਰਟ ਕਰਨਾ ਚਾਹੀਦਾ ਹੈ ਕਿਉਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਜਿੰਨਾ ਡਰੱਗ ਹੈ ਇਹਦੀ ਜ਼ਿੰਮੇਵਾਰੀ ਬਾਦਲ ਤੇ ਹੈ ਮਾਈਨਿੰਗ ਜਿਹੜੀ ਹੈ ਰੇਤ ਬਜਰੀ ਜਿਹੜੀ ਹੈ ਉਹਦੀ ਲੁੱਟ ਖਸੁੱਟ ਜਿਹੜੀ ਹੈ ਸਾਰੀ ਬਾਦਲ ਤੇ ਹੈ ਹਾਂਜੀ ਲੋਕਾਂ ਤੇ ਝੂਠੇ ਕੇਸ ਬਣਾਉਣੇ ਝੂਠੇ ਕੇਸਾਂ ਚ ਫਸਾਉਣਾ ਲੋਕਾਂ ਦੀਆਂ ਪ੍ਰਾਪਰਟੀਆਂ ਤੇ ਜਿਹੜੇ ਕਬਜ਼ੇ ਕਰਵਾਉਣੇ ਉਹਨਾਂ ਦੀ ਲੁੱਟ ਖਸੁੱਟ ਕਰਨੀ ਇਹ ਸਾਰੀ ਬਾਦਲ ਦੀ ਜਿਹੜੀ ਹੈ ਦੇਣ ਸਾਨੂੰ ਪੁਲਿਸ ਦੇ ਵਿੱਚ ਬਾਕੀ ਐਡਮਿਨਿਸਟ੍ਰੇਸ਼ਨ ਸਿਸਟਮ ਦੇ ਵਿੱਚ ਕਰਪਸ਼ਨ ਜਿਹੜੀ ਇਸਮਾਨਜੀ ਦੀ ਚਲੇਗੀ ਇਹ ਸਾਨੂੰ ਬਾਦਲ ਦੀ ਦੇਣ ਦੀ ਹੈ ਠੀਕ ਹੈ ਨਾ ਜੀ ਸੋ ਇਸ ਕਰਕੇ ਏਡਾ ਵੱਡਾ ਬਦਨਾਮ ਆਦਮੀ ਚਾਹੇ ਗਰੁੱਪ ਜਿਹੜਾ ਹੈਗਾ ਉਹਦੀ ਸਪੋਰਟ ਕਰਨੀ ਤੇ ਇੱਕ ਮੇਰੇ ਖਿਆਲ ਇਹ ਤੋਂ ਵੱਡੀ ਗਲਤੀ ਹੋ ਨਹੀਂ ਸਕਦੀ ਆਪਾਂ ਨੂੰ ਸਮਾਂ ਆਉਣ ਦੇ ਸਮੇਂ ਦੇ ਅਨਸਾਰ ਸਾਨੂੰ ਪਤਾ ਲੱਗੇਗਾ ਵੀ ਬਾਦਲ ਧਾਲਦੇ ਦੇ ਵੀ ਕਿੰਨੇ ਆਦਮੀ ਅੰਦਰ ਜਾਂਦੇ ਨੇ ਕ腐ਸ਼ਨ ਦੇ ਤੌਰ ਤੇ ਉਹਨਾਂ ਦੇ ਖਿਲਾਫ ਕ腐ਸ਼ਨ ਦੇ ਬੜੇ ਸੀਰੀਅਸ ਚਾਰजेस ਨੇ ਤੇ ਇਸ ਤਰ੍ਹਾਂ ਦੇ ਆਦਮੀਆਂ ਨੂੰ ਕੌਣ ਮੰਨਤਾ ਦੇਊਗਾ ਕਿਹੜਾ ਇਹਨਾਂ ਦੀ ਮੰਨ ਲੇਗਾ ਕਿਹੜਾ ਇਹਨਾਂ ਨੂੰ ਕਹੂਗਾ ਕਿ ਇਹਨਾਂ ਦੇ ਕਹਿਣ ਤੇ ਵੋਟ ਦਿੱਤੀ ਜਾਵੇ ਜੇ ਉਹ ਆਪ ਨਹੀਂ ਵੋਟਾਂ ਲੈ ਸਕੇ ਪਾਰਲੀਮੈਂਟ ਦੇ ਵਿੱਚ ਦੋ ਸੀਟਾਂ ਆਈਆਂ ਨੇ ਤੇ ਉਹ ਬੀਬੀ ਨੂੰ ਵੋਟਾਂ ਦਿਵਾਉਣ ਦੇ ਕਾਬਲ ਹੋਣਗੇ ਮੈਂ ਤਾਂ ਆਪਣੇ ਪੈਰਾਂ ਥਲੇ ਤੇ ਪਾਰ ਖੜੋ ਨਹੀਂ ਨਾ ਅਕਾਲੀ ਦਲ ਆਪ ਤਾਂ ਕਦੀ ਜਿੱਤ ਨਹੀਂ ਪਾਇਆ ਪਿਛਲੀਆਂ ਇਲੈਕਸ਼ਨਾਂ ਤੋਂ ਐਰਕੰਦੀਆਂ ਇਲੈਕਸ਼ਨਾਂ ਤੋਂ ਵੀ ਬੜੀ ਬੁਰੀ ਹਾਲਤ ਹੋਈ ਤੇ ਇਸ ਕਰਕੇ ਬੀਬੀ ਨੂੰ ਕੌਣ ਵੋਟ ਦੇ ਦੇਗਾ ਉਹਨਾਂ ਤੇ ਕਹਿ ਤੇ ਇਸ ਕਰਕੇ ਬਾਦਲ ਦੀ ਇਹ ਨਹੀਂ ਗੱਲ ਵੀ ਉਹ ਪੋਲੀਟੀਕਲ ਮਰਿਆ ਉਹ ਰਾਜਨੀਤਿਕ ਤੌਰ ਤੇ ਮਰਿਆ ਉਹ ਸਮਾਜੀ ਤੌਰ ਤੇ ਮਰਿਆ ਉਹ ਧਾਰਮਿਕ ਤੌਰ ਤੇ ਮਰਿਆ ਉਹ ਇਨਸਾਨੀਅਤ ਦੇ ਤੌਰ ਤੇ ਮਰ ਗਿਆ ਇਸ ਵੇਲੇ ਇਸ ਕਰਕੇ ਜਿਹਦੀਆਂ ਇੰਨੀਆਂ ਮੌਤਾਂ ਹੋ ਗਈਆਂ ਹੁਣ ਤੇ ਉਹ ਆਦਮੀ ਕਹੇ ਵੀ ਮੈਂ ਕਿਸੇ ਬੜੀ ਇੰਪੋਰਟੈਂਟ ਪਾਰਟੀ ਨੂੰ ਲੀਡ ਕਰਦਾ ਅਕਾਲੀ ਦਲ ਜਿਹੜਾ ਹੈ ਉਹਦਾ ਇਤਿਹਾਸ ਹੀ ਨਾ ਸੁਨਹਿਰੀ ਹੈ ਪੀ ਸਾਰੇ ਇੰਡੀਆ ਚੋਂ ਸਭ ਤੋਂ ਵੱਡੀਆਂ ਕੁਰਬਾਨੀਆਂ ਜੇ ਦਿੱਤੀਆਂ ਤੇ ਇਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਸੀ ਦੇਸ਼ ਦੀ ਆਜ਼ਾਦੀ ਲਈ ਜਿੰਨਾ ਇਹਨਾਂ ਨੇ ਕੋਲ ਲੜਿਆ ਉਦੋਂ ਤੇ ਮਹਾਤਮਾ ਗਾਂਧੀ ਵੀ ਫੇਲ ਹੋ ਗਿਆ ਸੀ ਮਹਾਤਮਾ ਗਾਂਧੀ ਦੀ ਜਾਂ ਜਵਾਹਰ ਲਾਲ ਦੀ ਕਾਨਫਰੰਸ ਜੇ ਲਾਹੌਰ ਜਿਹੜੀ ਇਹਨਾਂ ਨੇ ਕੀਤੀ ਸੀ ਉਹਦੇ 'ਚ ਕੋਈ ਸੈਂਕੜੇ ਆਦਮੀ ਨਹੀਂ ਸੀ ਕੀਤੇ ਗਏ ਤੇ ਜਦੋਂ ਬਾਬਾ ਖੜਕ ਸਿੰਘ ਨੇ ਕੀਤੀ ਸੀ ਉੱਥੇ ਲੱਖਾਂ ਆਦਮੀ ਆ ਗਏ ਸੀ ਜੀ ਇਸ ਕਰਕੇ ਜਿਹੜਾ ਸੀ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨੇ ਨੂੰ ਤਾਂ ਲਾ ਕੇ ਇਹ ਬਾਬਾ ਖੜਕ ਸਿੰਘ ਨੂੰ ਨਾਲ ਲੈ ਕੇ ਚੱਲੇ ਸੀ ਵੀ ਤੁਸੀਂ ਸਾਡੀ ਸਪੋਰਟ ਕਰੋ ਤਾਂ ਜਿਹੜੀ ਜਦੋਂ ਜੈ ਆਜ਼ਾਦੀ ਦੀ ਬੜੀ ਵੱਡੀ ਜਿਹੜੀ ਮੂਵਮੈਂਟ ਬਣ ਗਈ ਸੀ ਸੋ ਇਸ ਕਰਕੇ ਏਡੀ ਵੱਡੀ ਵਿਰਸੇ ਵਾਲੀ ਪਾਰਟੀ ਹੋਵੇ ਤੇ ਉਹਨੂੰ ਏਡੀ ਵੱਡੀ ਦਲਦਲ ਚ ਲਿਆਂਕੇ ਟੋਟਲ ਫੇਲ ਕਰ ਦਿੱਤਾ ਜਾਏ ਤੇ ਫੇਲ ਕਰਨ ਦਾ ਜਿਹੜਾ ਸਾਰਾ ਬਾਦਲ ਚਾਹੇ ਬਾਦਲ ਪਰਿਵਾਰ ਚਾਹੇ ਬਾਦਲ ਢਾਲਤੇ ਬਾਦਲ ਦੇ ਜਿਹੜੇ ਬਾਦਲ ਦਰੀਏ ਨੇ ਉਹਨਾਂ ਤੇ ਜਾਂਦਾ ਹੋਏ ਤੇ ਫਿਰ ਉਹਨਾਂ ਨੂੰ ਵੋਟਾਂ ਕੌਣ ਦੇ ਦੂਗਾ ਤੁਸੀਂ ਗੱਲ ਕੀਤੀ ਹੈ ਵੀ ਕੱਲਾ ਬਈ ਨਸ਼ੇ ਦੇ ਇਲਜ਼ਾਮ ਹੀ ਨਹੀਂ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਸ਼ਰਮਣੀ ਕਾਲੀ ਦਲ ਤੇ ਲੱਗੇ ਇਹਨਾਂ ਦੇ ਲੀਡਰਾਂ ਤੇ ਲੱਗੇ ਨੇ ਪਰ ਦੂਜੇ ਪਾਸੇ ਜਿਵੇਂ ਦਿਲਸ਼ੇਰ ਜੀ ਨੇ ਵੀ ਕਿਹਾ ਹੈ ਵੀ ਮਾਨ ਸਾਹਿਬ ਜੁਨੇ ਉਹ ਇੱਕ ਲੰਮੇ ਸਮੇਂ ਤੇ ਕੰਸਿਸਟੈਂਟਲੀ ਉਹ ਇਹ ਇੱਕ ਆਪਣੀ ਲੜਾਈ ਲੜ ਰਹੇ ਨੇ ਪਰ ਜਿਵੇਂ ਮਾਨ ਸਾਹਿਬ ਨੇ ਇੱਕ ਗੱਲ ਹੋਰ ਕਹੀ ਸੀ ਵੀ ਜਥੇਦਾਰ ਅਕਾਲੀ ਦਲ ਨੂੰ ਇੱਕ ਸੁਨਿਹਾਸੀ ਵੀ ਜੇ ਤੁਸੀਂ ਇੰਨੇ ਸਹੀਰਦ ਹੈਗੇ ਹੋ ਬੰਦੀ ਸਿੰਘਾਂ ਦੇ ਲਈ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਜਥੇਦਾਰ ਕਿਉਂ ਨਹੀਂ ਥਾਪਦੇ ਦੂਜੀ ਗੱਲ ਕਹੀ ਸੀ ਵੀ ਦਮਦਮੀ ਟਕਸਾਲ ਦੇ ਮੁਖੀ ਵਜੋਂ ਤੁਸੀਂ ਦਇਆ ਸਿੰਘ ਲਾਹੌਰੀਆ ਜੀ ਨੂੰ ਕਿਉਂ ਨਹੀਂ ਕਰਦੇ ਹੁਣ ਇਥੇ ਸਵਾਲ ਇਹ ਵੀ ਦਇਆ ਸਿੰਘ ਲਾਹੌਰੀਆ ਜਿਹਦਾ ਸਗਾ ਪਾਂਜਾ 6 ਕਿਲੋ ਚੁੱਟੇ ਦੇ ਨਾਲ ਮੇਰੇ ਖਿਆਲ ਚ ਫੜਿਆ ਗਿਆ ਸੀ ਸਜ਼ਾ ਭੁਗਤ ਰਹੀ ਨਹੀਂ ਤੇ ਉੱਥੇ ਵੀ ਤਾਂ ਮੈਸੇਜ ਗਲਤ ਜਾਂਦਾ ਜੇ ਐਸੇ ਬੰਦੇ ਨੂੰ ਵੀ ਜਿਹਦੇ ਹੁਣ ਚੰਨੀ ਦੇ ਪਾਂਜਾ ਫੜਿਆ ਗਿਆ ਚੰਨੀ ਬਦਨਾਮ ਹੋ ਗਿਆ ਜਾਂ ਚੰਨੀ ਦੇ ਵੀ ਹੁਣ ਹੋ ਸਕਦੇ ਆਉਣ ਵਾਲੇ ਸਮੇਂ 'ਚ ਕੋਈ ਕਾਰਵਾਈ ਹੋਵੇ ਤੇ ਤੇ ਜੇ ਦਇਆ ਸਿੰਘ ਲਾਹੌਰੀਆ ਜੀ ਤੇ ਵੀ ਤਾਂ ਇਦਾਂ ਸਵਾਲ ਮੈਂ ਕਿ ਉੱਥੇ ਹੀ ਨਹੀਂ ਵੀ ਉਹਨਾਂ ਦਾ ਪਾਂਜਾ ਸਗਾ ਪਾਂਜਾ 6 ਕਿਲੋ ਚੁੱਟੇ ਨਾਲ ਫੜਿਆ ਗਿਆ ਦੇਖੋ ਮਾਨ ਸਾਹਿਬ ਨੇ ਕਹਿ ਦਿੱਤਾ ਕਿਹੜਾ ਕਿਸ ਨੇ ਮੰਨ ਲਿਆ ਇਹ ਚਲੋ ਲਾਹੌਰੀਆ ਸਾਹਿਬ ਨੂੰ ਆਪਾਂ ਪ ਹਾਂਜੀ ਪਰਮਜੀਤ ਸਿੰਘ ਪਿਉਰਾ ਦੇ ਖਿਲਾਫ ਕੀਆ ਜਗਤਾਰ ਸਿੰਘ ਤਾਰਾ ਦੇ ਖਿਲਾਫ ਕੀਆ ਬਾਕੀ ਜਿਹੜੇ ਉੱਥੇ ਬੰਦੀ ਸਿੰਘ ਨੇ ਉਹਨਾਂ ਦੇ ਖਿਲਾਫ ਕੀਆ ਉਹ ਤਾਂ ਕਹਿੰਦੇ ਉਹਨਾਂ ਨੂੰ ਕਿਸੇ ਨੂੰ ਬਣਾ ਦਿਓ ਹੁਣ ਬਾਕੀ ਜੇ ਆਪਾਂ ਬਲਵੰਤ ਸਿੰਘ ਕੱਲੇ ਦੀ ਗੱਲ ਲਈਏ ਨਾ ਬਲਵੰਤ ਸਿੰਘ ਕੱਲਾ ਇੱਕ ਪਹਿਲੇ ਤੋਂ ਜਿਹੜਾ ਹੈ ਸ਼ਰੋਨੀ ਕਾਲੀ ਦਲ ਦੀ ਜਿਹੜੀ ਇਸ ਤਰ੍ਹਾਂ ਦੀ ਉਹ ਵਾਵਰੋਲਾ ਪੈਦਾ ਕਰਦਾ ਰਿਹਾ ਬਾਕੀ ਜਿਹੜੇ ਹੈ ਪਰਮਜੀਤ ਸਿੰਘ ਪਿਉਰਾ ਜਗਤਾਰ ਸਿੰਘ ਤਾਰਾ ਬਾਕੀ ਦੇ ਸਾਰੇ ਸੱਜਣ ਜਿਹੜੇ ਉਹ ਨਿਰੰਤਰ ਇਹ ਕਹਿੰਦੇ ਨੇ ਪੀ ਸ਼੍ਰੋਮਣੀ ਕਾਲੀ ਦਲ ਬਾਦਲ ਜਿਹੜਾ ਹੈ ਉਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਉਹ ਫੇਲ ਹੋ ਚੁੱਕਾ ਹੈ ਵਿਧਾਨ ਸਭਾ ਵੇਲੇ ਵੀ ਰਾਜੋਵਾਲ ਸਾਹਿਬ ਨੇ ਮੇਰੇ ਖਿਆਲ ਅ ਸਨੇਹਾ ਪੀ ਜਐਸਬੀ ਕਾਲੀ ਦਲ ਨੂੰ ਸਪੋਰਟ ਕੀਤਾ ਸੀ ਜੀ ਕੀਤਾ ਸੀ ਕਿਹੜੀਆਂ ਉਹਨਾਂ ਦੇ ਕਿਹਾਂ ਤੇ ਵੋਟਾਂ ਪੈ ਗਈਆਂ ਨੇ ਇਸ ਕਰਕੇ ਇਹ ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਜਿਹੜਾ ਹੈ ਬਲਵੰਤ ਸਿੰਘ ਜੀ ਰਾਜੋਵਾਲ ਨੂੰ ਇਹਦਾ ਹੋ ਰਿਹਾ ਹੈ ਉਹਦੀ ਐਡੀ ਵੱਡੀ ਕੁਰਬਾਨੀ ਜਿਹੜੀ ਹੈਗੀ ਆ ਉਹ ਆਪਣੇ ਮੁਹਾਜਾਂ ਲਈ ਸ਼੍ਰੋਮਣੀ ਕਾਲੀ ਦਲ ਬਾਦਲ ਜਿਹੜਾ ਉਹਨੂੰ ਵਰਤ ਰਿਹਾ ਹੈ ਜਿਦਾ ਅੱਗੇ ਸਾਰੀਆਂ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਵਰਤਿਆ ਬਾਕੀ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਉਹਨੂੰ ਵਰਤੀਆਂ ਸਾਰੀਆਂ ਬਦਨਾਮ ਹੋ ਗਈਆਂ ਜੀ ਸਾਰੇ ਲੋਕਾਂ ਨੇ ਜਿਹੜੇ ਨਕਾਰ ਦਿੱਤੇ ਤੇ ਹੁਣ ਰਾਜੂ ਆਣਾ ਸਾਹਿਬ ਕਿਉਂ ਇਸ ਜਿਹੜੀ ਹੈ ਉਲਝਣ 'ਚ ਪੈਂਦੇ ਨੇ ਉਹਨਾਂ ਨੂੰ ਆਪਣੀ ਜਿਹੜੀ ਹੈ ਰਤਬਾ ਆਪਣਾ ਵੱਡਾਪਨ ਜਿਹੜਾ ਹੈ ਉਹ ਉਹਨੂੰ ਸਾਹਮਣਾ ਚਾਹੀਦਾ ਹੈ ਸਮਾ ਆ ਸਕਦਾ ਹੈ ਜਦੋਂ ਉਹਨਾਂ ਦੀ ਮਾਨਤਾ ਲੋਕੀ ਦੇਣਗੇ ਲੇਕਿਨ ਜਦੋਂ ਤੁਸੀਂ ਗਲਤ ਆਦਮੀ ਨਾਲ ਤੁਰਪੋਗੇ ਤੁਹਾਡੀ ਆਪਣੀ ਮਾਨਤਾ ਖੋਈ ਜਾਏਗੀ ਸੋ ਇਸ ਕਰਕੇ ਬਾਦਲ ਦਾ ਜਿਹੜਾ ਹੈ ਇਹਨੂੰ ਕੋਈ ਵੀ ਇਸ ਵੇਲੇ ਹਨੂਮਾਨ ਜੀਵਤ ਨਹੀਂ ਕਰ ਸਕਦਾ ਕੋਈ ਸੰਜੀਵਨੀ ਬੂਟੀ ਇਸ ਤਰ੍ਹਾਂ ਦੀ ਨਹੀਂ ਹੈਗੀ ਉਹਨਾਂ ਦੇ ਕੋਲ ਜਿਹੜੀ ਉਹਨੂੰ ਜੀਵਤ ਕਰ ਸਕਣ ਹਾਂ ਇੱਕ ਜੀਵਤ ਦੀ ਹੈ ਗੱਲ ਹੈ ਨਿਰੰਤਰ ਤੌਰ ਤੇ ਜਿਹੜੇ ਉਹਨਾਂ ਦੇ ਵਿੱਚੋਂ ਦਾਗੀ ਆਦਮੀ ਨੇ ਉਹਨਾਂ ਨੂੰ ਕੱਢ ਕੇ ਚੰਗੇ ਆਦਮੀ ਨਾਲ ਲੈ ਕੇ ਤੇ ਜਿਹੜੀਆਂ ਪੰਜਾਬ ਦੀਆਂ ਪੰਜਾਬੀਅਤ ਦੀਆਂ ਚਾਹੇ ਮੁਲਕ ਦੀਆਂ ਝਗੜੇ ਨੇ ਚਾਹੇ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ ਰਾਜਨੀਤਿਕ ਪਾਰਟੀਆਂ ਉਹਨਾਂ 'ਚ ਕੁੱਦਣ ਆ ਦੇਖੋ ਨਾ ਕਿੰਨੇ ਛੋਟੇ ਜਿਹੇ ਵਾਸਤੇ ਜਿਹੜਾ ਸੀ ਕਿਸਾਨ ਮੋਰਚੇ ਨੇ ਜਿਹੜਾ ਹੈ ਭਾਰਤ ਦੀ ਜਿਹੜੀ ਹੈ ਰਾਜਨੀਤਿਕ ਜਿਹੜੀ ਹੈ ਸਥਿਤੀ ਬਦਲ ਦਿੱਤੀ ਮੋਦੀ ਅਰਗੇਨ ਨੂੰ ਵੀ ਗੋਡੇ ਲੱਗਣੇ ਪਏਗੇ ਜੇ ਨਾ ਮੋਦੀ ਅਜੇ ਮੰਦਾ ਕਾਨੂੰਨ ਨਾ ਵਾਪਸ ਰੈਂਦਾ ਤੇ ਸ਼ਾਇਦ ਮੋਦੀ ਦਾ ਅਗਲੇ ਆਉਣ ਵਾਲੇ ਸਮੇਂ 'ਚ ਜੋ ਹਸ਼ਰ ਹੁੰਦਾ ਉਹ ਸਮਾਂ ਦੱਸਦਾ ਸੋ ਇਸ ਕਰਕੇ ਚੰਗੇ ਰਾਹ ਚੱਲਣਗੇ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਹ ਬੰਦ ਕਰ ਦੇਣ ਇਹਨੂੰ ਸ਼੍ਰੋਮਣੀ ਜਿਹੜਾ ਹੈ ਅਕਾਲੀ ਦਲ ਰਹਿਣ ਦੇਣ ਜਿਹੜੇ ਸੋਹਰਦ ਆਦਮੀ ਬਾਹਰ ਨੇ ਉਹਨਾਂ ਨੂੰ ਨਾਲ ਲਾਉਣ ਜਿਹੜੇ ਇਹਨਾਂ 'ਚ ਉਹਨਾਂ ਨੂੰ ਨਾਲ ਲੈਣ ਤੇ ਇਹ ਜਾ ਕੇ ਅੱਗੇ ਤੁਰਨ ਦੀ ਜੋ ਕੋਸ਼ਿਸ਼ ਕਰੇ ਇਹਦੇ ਨਾਲ ਪੰਜਾਬ ਦੀ ਨਹੀਂ ਸਾਰੇ ਮੁਲਕ ਦੀ ਬਿਹਤਰੀ ਹੈ ਨਹੀਂ ਤੇ ਮੁਲਕ ਜਿਹੜਾ ਹੈ ਉਹ ਖੋਦ ਹੀ ਬੜੀ ਪਰੇਸ਼ਾਨੀ ਵਾਲ ਜਾ ਰਿਹਾ ਹੈ ਬੜੀ ਜਿਹੜੀ ਹੈ ਆਵਾਜ਼ ਬਵਾਦ ਪੈਦਾ ਹੋ ਰਹੇ ਨੇ ਮੋਦੀ ਸਰਕਾਰ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ ਜਿਹਦੇ ਨਾਲ ਸਾਰੇ ਮੁਲਕ 'ਚ ਵਾਅਰੋਲਾ ਪੈਦਾ ਹੋ ਰਿਹਾ ਹੈ ਸਾਰੇ ਮੁਲਕ 'ਚ ਹਾਕਾਰ ਮੱਚੀ ਗਈ ਹੈ ਤੇ ਇਹਨਾਂ ਨੂੰ ਖੇਤਰੀ ਪਾਰਟੀ ਜਿਹੜੀਆਂ ਨੇ ਉਹੀ ਬੰਦ ਕਰ ਸਕਦੀਆਂ ਖੇਤਰੀ ਪਾਰਟੀ 'ਚ ਸ਼ੋਮਨੀ ਕਾਲੀ ਦਲ ਜਿਹੜਾ ਹੈ ਉਹ ਮੋਹਰਾ ਹੈ ਇਸ ਵੇਲੇ ਮਮਤਾ ਬੇਨਰਜੀ ਕਿਉਂ ਜਿਹੜੀ ਰਿਸਪੈਕਟ ਲੈ ਰਹੀ ਹੈ ਉਹ ਜੋ ਸਰਕਾਰ ਜਿਹੜੀ ਹੈ ਮੋਦੀ ਸਰਕਾਰ ਗਲਤ ਕਰਦੀ ਹੈ ਉਹ ਡੱਟ ਕੇ ਉਹ ਦੇ ਖਿਲਾਫ ਖੜੋਗੇ ਔਰ ਜਿੱਤੀ ਤੀਜੀ ਦਫਾ ਜਿੱਤ ਗਏ ਲੇਕਿਨ ਇਹ ਕੋਈ ਜੇਤ ਨਹੀਂ ਹੋਏਗੀ ਕਿ ਜੇ ਤੁਸੀਂ ਮੁੱਦੇ ਅਸਲੀ ਛੱਡ ਕੇ ਇੱਕ ਝੂਠ ਦਾ ਜਿਹੜਾ ਹੈ ਪੈਗਾਮ ਲੋਕਾਂ ਨੂੰ ਦੇ ਕੇ ਕਹੋਗੇ ਕਿ ਅਸੀਂ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਆ ਇਹ ਗੱਲਾਂ ਗਈਆਂ ਇਹ ਗੱਲਾਂ ਜਿਹੜੀਆਂ ਬੜੀਆਂ ਅੱਗੇ ਮਹਿੰਗੀਆਂ ਪਈਆਂ ਨੇ ਇਹਨਾਂ ਗੱਲਾਂ ਨੇ ਸਾਡੇ ਕੋਲ ਉਹ ਬੰਦੇ ਲਿਆ ਦਿੱਤੇ ਪੋਲੀਟੀਸ਼ੀਅਨ ਜਿਨ੍ਹਾਂ ਨੇ ਪੰਜਾਬ ਦੀ ਕਦੀ ਵੀ ਸੁਰ ਨਹੀਂ ਲੈਣੀ ਹੁਣ ਕੇਜਰੀਵਾਲ ਦਾ ਪੰਜਾਬ ਨਾਲ ਕੀ ਕੰਸਰਨ ਹੈ ਮਾਨ ਭਗਵੰਤ ਮਾਨ ਜਿਹੜਾ ਹੈ ਉਹ ਕਿਹੜਾ ਜਿਹੜਾ ਸਿਕਸ ਸਿਧਾਂਤਾਂ ਤੇ ਚ ਪੰਜਾਬ ਦੇ ਸਿਧਾਂਤਾਂ ਤੇ ਚੱਲੇਗਾ ਜੇ ਉਹ ਸਾਰੀ ਦੀ ਸਾਰੀ ਕ腐ਸ਼ਨ ਬੰਦ ਵੀ ਕਰ ਦੇ ਪੰਜਾਬ ਦੇ ਮਸਲੇ ਤੋਂ ਉਸੇ ਤਰ੍ਹਾਂ ਰਹਿ ਰਹੇ ਨੇ ਆਇਆ ਉਹ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਬਿਜਲੀ ਦੀ ਪੰਜਾਬ ਦੇ ਜਿਹੜੀ ਹੈ ਮਾਈਨਿੰਗ ਦੀ ਪੰਜਾਬ ਦੇ ਚੰਡੀਗੜ੍ਹ ਦੀ ਪੰਜਾਬ ਦੇ ਪੰਜਾਬੀ ਐਸਪੀ ਕੇ ਏਰੀਆ ਜਿਹੜੇ ਨੇ ਉਹਨਾਂ ਦੀ ਜੈ ਜਿਹੜੀ ਹੈ ਆਟੋਨਮੀ ਟੂ ਦੀ ਸਟੇਟਸ ਫੈਡਰਲ ਸਿਸਟਮ ਜਿਹੜਾ ਹੈ ਜਿਹੜਾ ਤੋੜ ਦਿੱਤਾ ਗਿਆ ਹੈ ਉਹਦੇ ਦੀ ਕੋਈ ਗੱਲ ਕਰਨ ਨੂੰ ਤਿਆਰ ਹੈ ਕਰਨੇ ਇਸ ਕਰਕੇ ਸਭ ਤੋਂ ਵੱਡੀ ਜਿਹੜੀ ਸੀ ਇਹ ਜੇ ਇਹਨਾਂ ਨੇ ਬੇਨਿਫਿਟ ਲੈਣਾ ਸੀ ਜਿੰਨਾ ਚਿਰ ਤੁਸੀਂ ਅਸਲੀ ਮੁੱਦੇ ਨੂੰ ਉਭਾਰੋਗੇ ਨਹੀਂ ਤੁਸੀਂ ਨਹੀਂ ਜਿੱਤੋਗੇ ਨਹੀਂ ਕਾਮਯਾਬ ਹੋਗੇ ਲੋਕੀ ਤੁਹਾਨੂੰ ਨਹੀਂ ਮੰਨਤਾ ਦੇਣਗੇ ਬਿਲਕੁਲ ਸਾਨੂੰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜਿਵੇਂ ਸਰਦਾਰ ਅਮਰ ਸਿੰਘ ਚਾਹਲ ਜੀ ਹੋਣਾ ਨੇ ਵੀ ਗੱਲ ਕਹੀ ਹੈ ਦੋ ਗੱਲਾਂ ਨੇ ਪਹਿਲੀ ਗੱਲ ਹੈ ਵੀ ਵਿਧਾਨ ਸਭਾ ਚੋਣਾਂ ਵੇਲੇ ਵੀ ਰਾਜਵਾਨਾ ਸਾਹਿਬ ਨੇ ਇੱਕ ਸੁਨੇਹਾ ਲਾਇਆ ਸੀ ਵੀ ਅਕਾਲੀ ਦਲ ਨੂੰ ਸਪੋਰਟ ਕਰੋ ਪਰ ਜਿੰਨੀ ਮਾੜੀ ਹਾਲਤ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰਮਣੀ ਅਕਾਲੀ ਦਲ ਦੀ ਹੋਈ ਹੈ ਸ਼ਾਇਦ ਇਤਿਹਾਸਿਕ ਮਾੜੀ ਹਾਲਤ ਸੀ ਉਹ ਉਸ ਤੋਂ ਬਾਅਦ ਹੁਣ ਫੇਰ ਇੱਕ ਸੁਨੇਹਾ ਲਾਇਆ ਗਿਆ ਆ ਰਾਜਵਾਨਾ ਸਾਹਿਬ ਨੇ ਇੱਕ ਅਪੀਲ ਵੀ ਕੀਤੀ ਹੈ ਮਾਨ ਸਾਹਿਬ ਨੂੰ ਦੂਜੇ ਪਾਸੇ ਜੇ ਸ਼੍ਰਮਣੀ ਅਕਾਲੀ ਦਲ ਇਹ ਕਹਿੰਦਾ ਹੈ ਬਈ ਬੀਬੀ ਕਮਲਦੀਪ ਕੌਰ ਰਾਜਵਾਨਾ ਨੂੰ ਵੋਟ ਦਿਓ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕ ਸਕੀਏ ਤਾਂ ਦੋ ਦੋ ਮੈਂਬਰ ਪਾਰਲੀਮੈਂਟ ਸ਼ੁਰਮਣੀ ਕਾਲੀ ਦਲ ਦੇ ਇਸ ਵੇਲੇ ਪਾਰਲੀਮੈਂਟ 'ਚ ਬੈਠੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਕਿ ਉਹ ਮੰਨਦੇ ਨੇ ਕਿ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੀ ਨਹੀਂ ਇਸ ਕਰਕੇ ਬੀਬੀ ਕਮਲਦੀਪ ਕੋਰਾਜ ਜੋਆਣਾ ਲਈ ਵੋਟ ਦੀ ਅਪੀਲ ਕੀਤੀ ਜਾ ਰਹੀ ਹੈ ਜਾਂ ਫਿਰ ਜੇ ਉਹਨਾਂ ਨੇ ਚੁੱਕਿਆ ਹੈ ਫਿਰ ਉਹਨਾਂ ਦੀ ਲੋੜ ਕੀ ਹੈ ਤੀਜੇ ਬੰਦੇ ਦੀ ਤੇ ਜਦੋਂ ਇਹ ਖੁਦ ਸੱਤਾ ਦੇ ਵਿੱਚ ਭਾਈਵਾਲ ਰਹੇ ਨਹੀਂ ਭਾਜਪਾ ਦੇ ਨਾਲ ਕੇਂਦਰ ਅਵੇ ਜਦੋਂ ਭਾਜਪੀ ਦੀ ਸਰਕਾਰ ਬਣੀ 14 ਦੇ ਵਿੱਚ ਉਦੋਂ ਭਾਈਵਾਲ ਸੀ ਉਹ ਉਦੋਂ ਪੰਜਾਬ ਦੇ ਵਿੱਚ ਵਿਚੱਤਾ ਵੀ ਸੀ ਕਿਉਂ ਤਾਮਿਲਨਾਡੂ ਵਰਗੀ ਇੱਕ ਐਗਜ਼ਾਮਪਲ ਪੰਜਾਬ ਦੇ ਵਿੱਚ ਸੈੱਟ ਨਹੀਂ ਕਰ ਸਕੇ ਰਜੀਵ ਗਾਂਧੀ ਤੇ ਹਤਿਆਰੇ ਬਾਹਰ ਨੇ ਪਰ ਜਥੇਦਾਰ ਜਿਕਤਾਰ ਸਿੰਘ ਹਵਾਰਾ ਹੋਣੀ ਰਾਜਵਾਨਾ ਸਾਹਿਬ ਹੋਣੀ ਤੇ ਹੋਰ ਬੰਦੀ ਸਿੰਘ ਹਲੇ ਵੀ ਅੰਦਰ ਨੇ ਆਖਰ ਕਿਉਂ ਬਹੁਤ ਸਵਾਲ ਵੱਡਾ ਹੈ ਇੱਕ ਪਾਸੇ ਅਪੀਲ ਰਾਜਵਾਨਾ ਸਾਹਿਬ ਨੇ ਮਾਨ ਸਾਹਿਬ ਨੂੰ ਕੀਤੀ ਹੈ ਤੇ ਇੱਕ ਦੂਜੀ ਅਪੀਲ ਜਾਂ ਇੱਕ ਸੁਨੇਹਾ ਕੌਮ ਦੇ ਨਾਮ ਜਥੇਦਾਰ ਜਿਕਤਾਰ ਸਿੰਘ ਹਵਾਰਾ ਹੋਣਾ ਨਿਕਲਿਆ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕੀਤੀ ਜਾਵੇ ਹੁਣ ਇਹ ਪੰਥ ਦੇਖੇਗਾ ਕਿ ਫੈਸਲਾ ਕੀ ਲੈਣਾ ਹੈ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਰਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ